ਕੀ ਵਾਕਿਆ ਕੈਨੇਡਾ ਚ ਐਲਐਮਆਈ ਬੰਦ ਹੋਣ ਜਾ ਰਹੀ ਹੈ ਕੀ ਵਾਕਿਆ ਹੁਣ ਕੈਨੇਡਾ ਚ ਵਰਕ ਪਰਮਿਟ ਤੇ ਲੋਕ ਨਹੀਂ ਜਾ ਪਉਣਗੇ ਜਾਂ ਰੈਸਟ੍ਰਿਕਸ਼ਨਾਂ ਕੀ ਕੀ ਬੰਦਸ਼ਾਂ ਲੱਗਣਗੀਆਂ ਕੀ ਕੀ ਪਾਬੰਦੀਆਂ ਲੱਗਣਗੀਆਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਜਿਹੜੀ ਸਟੇਟਮੈਂਟ ਜਿਹਦੇ ਚ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵਿੱਚ ਵਰਕ ਪਰਮਿਟ ਜਾਨੀ ਕਿ ਐਲਐਮਆਈ ਦੇ ਉੱਤੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਹੁੰਦੇ ਨੇ ਉਨ੍ਹਾਂ ਦੀ ਰੋਕ ਲਗਾਈ ਜਾਏਗੀ ਯਾਨੀ ਕਿ ਐਲਐਮਆਈ ਬੰਦ ਕੀਤੀ ਜਾਏਗੀ ਤੋਂ ਹੁਣ ਜਦੋਂ ਪਿਛਲੇ 8-10 ਮਹੀਨਿਆਂ ਤੋਂ ਲਗਭਗ ਸਾਲ ਤੋਂ ਕੈਨੇਡਾ ਨੇ ਭਰ ਭਰ ਕੇ ਦਰਵਾਜ਼ੇ ਖੋਲ੍ਹ ਕੇ ਸਟੂਡੈਂਟਸ ਬੁਲਾਏ ਡਿਪੈਂਡੈਂਟਸ ਬੁਲਾਏ ਐਲਐਮਆਈ ਉੱਤੇ ਉੱਤੇ 100% ਵੀਜ਼ਾ ਸਕਸੈਸਡ ਸੀ ਸਾਰੇ ਜਿਹੜੇ ਫੋਰਨ ਵਰਕਰ ਬੁਲਾਏ ਟੈਂਪਰੀ ਰੈਜ਼ੀਡੈਂਟ ਬੁਲਾਏ ਹੁਣ ਕੋਟਾ ਕਿਤੇ ਨਾ ਕਿਤੇ ਆਪਣਾ ਪੂਰਾ ਵੀ ਤੇ ਕਰਨਾ ਸਾਸੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ਾਨ ਰਾਹੀ YRS Global Immigration ਦੇ ਆਫੀਸ਼ੀਅਲ YouTube ਚੈਨਲ ਦੇ ਮਾਧਿਅਮ ਨਾਲ ਅੱਜ ਫਿਰ ਹਾਜ਼ਰ ਆ ਕੈਨੇਡਾ ਤੋਂ ਬੜੀ ਵੱਡੀ ਜਿਹੜੀ ਖਬਰ ਤੁਹਾਨੂੰ ਸੁਣਨ ਨੂੰ ਮਿਲ ਰਹੀ ਹੈ ਪਿਛਲੇ ਕੁਝ ਘੰਟਿਆਂ ਦੀ ਗੱਲ ਕਰ ਰਹੇ ਹਾਂ ਹਲੇ 24 ਘੰਟੇ ਵੀ ਨਹੀਂ ਬੀਤੇ ਅ ਕੱਲ ਦੀ ਗੱਲ ਹੈ ਸ਼ਾਮ ਨੂੰ ਇੱਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਜਿਹੜੀ ਸਟੇਟਮੈਂਟ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਟੈਂਡਰਡ ਵਿੱਚ ਵਰਕ ਪਰਮਿਟ ਜਾਨੀ ਕਿ ਐਲਐਮਆਈ ਦੇ ਉੱਤੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਹੁੰਦੇ ਨੇ ਉਹਨਾਂ ਦੀ ਰੋਕ ਲਗਾਈ ਜਾਏਗੀ ਜਾਨੀ ਕਿ ਐਲਐਮਆਈ ਬੰਦ ਕੀਤੀ ਜਾਏਗੀ ਸਚਾਈ ਕੀ ਹੈ ਉਸ ਖਬਰ ਜਿਹੜਾ ਕਿ ਇੰਗਲਿਸ਼ ਵਿੱਚ ਬਿਆਨ ਦਿੱਤੇ ਜਸਟਨ ਟੂਡੋ ਨੇ ਉਹਨੂੰ ਕਿਵੇਂ ਤਰੋੜਮੋੜ ਕੇ ਪੰਜਾਬੀ ਹਿੰਦੀ ਚ ਆਪਣੇ ਆਪਣੇ ਦਿਮਾਗ ਆਪਣੀ ਆਪਣੀ ਸਮਝ ਆਪਣੀ ਆਪਣੀ ਨੌਲੇਜ ਦੇ ਹਿਸਾਬ ਨਾਲ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਐਨੀਵੇਜ਼ ਇਸ ਵੀਡੀਓ ਦੇ ਚਲਾਉਣ ਦੇ ਨਾਲ ਮੈਂ ਥੱਲੇ ਉਹ ਲਿੰਕ ਵੀ ਦੇ ਦਾਂਗਾ ਜਿੱਥੇ ਜਸਟਿਨ ਟਰੂਡੋ ਜੀ ਨੇ ਆਪਣੇ ਜੋ ਬਿਆਨ ਬੋਲੇ ਸੋ ਜਿਹੜਾ ਪ੍ਰੋਪਰ ਇੰਗਲਿਸ਼ ਸਮਝ ਸਕਦਾ ਉਹਨੂੰ ਸਮਝ ਲਵੇ ਜਿਹੜਾ ਨਹੀਂ ਸਮਝ ਸਕਦਾ ਉਹਦੇ ਲਈ ਮੈਂ ਪ੍ਰੋਪਰ ਤਰਜਮਾਨੀ ਕਰਕੇ ਪੰਜਾਬੀ ਚ ਡਿਟੇਲ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਏਗੀ ਜਿੱਥੇ ਨੋਮੜੀ 5-7 ਮਿੰਟ ਦੀ ਵੀਡੀਓ 10 ਮਿੰਟ ਦੀ ਹੋ ਸਕਦੀ ਹੈ ਪਰ ਵੀਡੀਓ ਅਖੀਰ ਤੱਕ ਵੇਖਿਓ ਬਹੁਤ ਸਾਰੇ ਫੈਕਟਸ ਐਂਡ ਫਿਗਰਸ ਸੱਚਾਈ ਦੇ ਆਧਾਰ ਤੇ ਜੋ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ ਕਿ ਵਾਕਿਆ ਕੈਨੇਡਾ ਚ ਐਲਐਮਆਈ ਬੰਦ ਹੋਣ ਜਾ ਰਹੀ ਕੀ ਵਾਕਿਆ ਹੁਣ ਕੈਨੇਡਾ ਚ ਵਰਕ ਪਰਮਿਟ ਤੇ ਲੋਕ ਨਹੀਂ ਜਾ ਪਉਣਗੇ ਜਾਂ ਰੈਸਟ੍ਰਿਕਸ਼ਨਾਂ ਕੀ ਕੀ ਬੰਦਸ਼ਾਂ ਲੱਗਣਗੀਆਂ ਕੀ ਕੀ ਪਾਬੰਦੀਆਂ ਲੱਗਣਗੀਆਂ ਸਾਰੀ ਗੱਲਾਂ ਇਸ ਵੀਡੀਓ ਚ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਕੈਨੇਡਾ ਦੇ ਹਰ ਤਰ੍ਹਾਂ ਦੇ ਅਪਡੇਟਸ ਤੁਹਾਡਾਂ ਨਾਲ ਸਾਂਝੇ ਕਰਦੇ ਆਂ ਸਾਡਾ ਨੋਟੀਫਿਕੇਸ਼ਨ ਜਿਹੜਾ ਬੈਲ ਵਾਲਾ ਬਟਨ ਉਹਨੂੰ ਓਨ ਕਰ ਲਓ ਤਾਂ ਕਿ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੜ ਤੋਂ ਵਾਂਝੀ ਨਾ ਰਹਿ ਸਕੇ ਔਰ ਤੁਸੀਂ ਆਪਣੇ ਪ੍ਰੇਕਸ਼ਮਦੀਕ ਬੈਟਰ ਫੈਸਲਾ ਲੈ ਸਕੋ ਕੱਲ ਸ਼ਾਮ ਦੀ ਗੱਲ ਹੈ ਹੱਲੇ 24 ਘੰਟੇ ਵੀ ਇਸ ਗੱਲ ਨਹੀਂ ਹੋਈ ਆ ਕੁਝ ਕ ਜਿਹੜੀ ਸਟੇਟਮੈਂਟ ਹੈ ਉਹ ਤੋੜ ਮਰੋੜ ਕੇ ਅਲੱਗ-ਅਲੱਗ ਯੂਟਿਊਬਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਸੋ ਮੈਂ ਅੱਗੇ ਵੀ ਕਈ ਵਾਰ ਕਹਿੰਨਾ ਪਰਮਾਤਮਾ ਨੇ ਜਿੰਨੂੰ ਜਿੱਦਾਂ ਦੀ ਜਿੰਨੀ ਕ ਬੁੱਧੀ ਬਖਸ਼ੀ ਹੈ ਦਿਮਾਗ ਬਖਸ਼ਿਆ ਅਕਲ ਬਖਸ਼ੀ ਹੈ ਉਸ ਹਿਸਾਬ ਨਾਲ ਬੰਦਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਮੈਂ ਆਪਣੇ ਹਿਸਾਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਪਰ ਸਚਾਈ ਕੀ ਹੈ ਉਹ ਵੀਡੀਓ ਤੇ ਥੱਲੇ ਲਿੰਕ ਆ ਉਹ ਸੁਣ ਲਿਓ ਦੇਖ ਲਿਓ ਟਰਾਂਸਲੇਟ ਜੁੜ ਕਰ ਲਿਓ ਮੈਂ ਆਪਣੇ ਮੁਤਾਬਕ ਟਰਾਂਸਫਰ ਕਰਕੇ ਤੁਹਾਨੂੰ ਸਚਾਈ ਦੇ ਲਾਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗਾ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਮੈਂ ਉਸ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਤੁਹਾਨੂੰ ਥੋੜਾ ਜਿਹਾ ਕੋਰਿਲੇਟ ਕਰਕੇ ਗੱਲ ਸਮਝਣੀ ਸੌਖੀ ਹੋ ਜੇਗੀ ਕਿਉਂਕਿ ਉਦਾਹਰਣ ਦੇ ਕੇ ਸਮਝਾਉਣ ਲੱਗਾ ਆਮ ਤੌਰ ਤੇ ਜਦੋਂ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਆ ਵਿਆਹ ਸ਼ਾਦੀ ਤੇ ਜਾਂਦੇ ਆ ਪਾਰਟੀ ਤੇ ਜਾਂਦੇ ਆ ਤਾਂ ਜਿਆਦਾ ਖਾਣਾ ਖਾਦਾ ਜਾਂਦਾ ਲਾਲਚ ਕੀਤਾ ਜਾਂਦਾ ਘਰੇ ਖਾਣੇ ਜਿਹੜੇ ਬੰਦੇ ਨੇ ਦੋ ਫੁਲਕੇ ਖਾਣੇ ਉਹਨੇ ਦੋ ਫੁਲਕੇ ਖਾਣੇ ਇੱਕ ਸਬਜੀਨਾ ਖਾਣੇ ਜਾਂ ਦੋ ਸਬਜੀਨਾ ਖਾਣੇ ਜਿੰਨੀ ਕਿ ਤੁਹਾਡੀ ਢਿੱਡ ਦੀ ਕਪੈਸਿਟੀ ਹੈ ਤੁਹਾਨੂੰ ਫੂਡ ਅਨ ਜਿੰਨਾ ਕਿ ਤੁਹਾਨੂੰ ਇੱਕ ਮੀਲ ਚਾਹੀਦਾ ਤੁਸੀਂ ਓਨਾ ਕਿ ਲੈਂਦੇ ਹੋ ਪਰ ਜਦੋਂ ਤੁਸੀਂ ਕਿਸੇ ਵਿਆਹ ਸ਼ਾਦੀ ਪਾਰਟੀ ਜਾਂਦੇ ਹੋ ਲਾਲਚ ਕਰਕੇ ਬੰਦਾ ਜ਼ਿਆਦਾ ਵੀ ਖਾਂਦਾ ਦੋ ਗੋਲ ਗੱਪੇ ਬਾਅਦ ਵੀ ਖਾ ਲੈਂਦਾ ਦੋ ਵਾਰ ਆਈਸਕ੍ਰੀਮ ਵੀ ਖਾ ਲੈਂਦਾ ਤੇ ਦੋ ਵਾਰ ਜੋ ਵੀ ਜਿੱਦਰਾ ਬੰਦੇ ਰ ਖਾਣ ਦਾ ਸਵਾਦ ਜਦੋਂ ਜ਼ਿਆਦਾ ਖਾਣਾ ਖਾਂਦੇ ਆ ਤੇ ਫਿਰ ਪੇਟ ਸਵੇਰੇ ਬਦਹਜਮੀ ਵੀ ਦਿਖਾਉਂਦਾ ਪੇਟ ਭਾਰਾ ਭਾਰਾ ਵੀ ਲੱਗਦਾ ਪਟ ਉਸ ਬਾਹਜਮੀ ਕਰਕੇ ਅਸੀਂ 2-4 ਦਿਨ ਮੁੜ ਕੇ ਫਿਰ ਪ੍ਰੋਪਰ ਆਪਣਾ ਮੀਲ ਲੈਨੇ ਆ ਤਾਂ ਕਿ ਸਾਡਾ ਪੇਟ ਸੈੱਟ ਰਵੇ ਪਰ ਅਸੀਂ ਖਾਣਾ ਤਾਂ ਨਹੀਂ ਛੱਡਦੇ ਕਿ ਛੱਡਦੇ ਹੋ ਖਾਣਾ ਜ਼ਿੰਦਗੀ ਦੀ ਤੁਹਾਡੀ ਜ਼ਿੰਦਗੀ ਨੂੰ ਜਿਉਂਦੇ ਰੱਖਣ ਲਈ ਤੁਹਾਡੀ ਬਾਡੀ ਨੂੰ ਜਿਉਂਦਾ ਰੱਖਣ ਲਈ ਚਨੋਂ ਲਈ ਤੁਹਾਡੀ ਬਾਡੀ ਨੂੰ એનર્ਜੀ ਦੇਣ ਲਈ ਖਾਣਾ ਜ਼ਰੂਰੀ ਹੈ ਜਿੰਨਾ ਕਿ ਰਿਕੁਆਇਰਮੈਂਟ ਤੁਹਾਨੂੰ ਕੈਲਰੀਜ਼ ਦੀਆਂ ਚਾਹੀਦੀਆਂ ਉਹ ਜ਼ਰੂਰੀ ਹੈ ਹੈ ਇਹ ਤਾਂ ਨਹੀਂ ਕਿ ਤੁਸੀਂ ਖਾਣਾ ਛੱਡ ਹੀ ਛੱਡ ਦੋਗੇ ਜੇ ਤੁਹਾਡਾ ਪੇਟ ਖਰਾਬ ਹੋ ਜਾਏਗਾ ਇੱਕ ਦਿਨ ਦੋ ਦਿਨ ਹਲਕਾ ਖਾਣਾ ਖਾ ਲੋਗੇ ਡਾਕਟਰ ਕਹੇਗਾ ਦੀ ਖਿਚੜੀ ਖਾ ਲੋ ਢਿੱਡ ਸੈੱਟ ਰਹੇਗਾ ਪਰ ਇਹ ਨਹੀਂ ਕਿ ਤੁਸੀਂ ਖਾਣਾ ਛੱਡ ਦੋਗੇ ਐਗਜ਼ਾਮਪਲ ਮੈਂ ਕਿਉਂ ਦਿੱਤੀ 2023 ਤੇ ਵਿੱਚ ਮਤਲਬ ਦਰਵਾਜ਼ੇ ਖੋਲਤੇ ਕੈਨੇਡਾ ਨੇ ਸਪੈਸ਼ਲੀ ਜੇ ਮੈਂ ਗੱਲ ਕਰਾਂ ਜੇ ਮੈਂ ਗਲਤ ਨਹੀਂ ਹੈ 10 ਅਗਸਤ ਤੋਂ ਬਾਅਦ ਕੈਨੇਡਾ ਨੇ ਸਟੱਡੀ ਵੀਜ਼ਾ ਦੇ ਆਇਲਸ ਵਿੱਚ ਛੋਟ ਦੇ ਦਿੱਤੀ ਜਿੱਥੇ ਆਇਲਸ 6 E ਚਾਹੀਦਾ ਸੀ ਉੱਥੇ ਓਵਰঅল 6 ਕਹਿ ਦਿੱਤਾ ਹਰ ਇੱਕ ਪ੍ਰਾਈਵੇਟ ਕਾਲਜ ਪਬਲਿਕ ਕਾਲਜ ਘੱਟ ਨੰਬਰ ਘੱਟ ਬੈਂਡਸ 2 4 5 ਰਿਫਿਊਜ਼ ਲਾ ਸਭ ਨੂੰ ਵੀਜ਼ੇ ਮਿਲੇ ਮੈਂ 10 ਅਗਸਤ 2023 ਤੋਂ ਲੈ ਕੇ ਐਂਡ ਜੂਨ ਤੱਕ ਕੋਈ ਰਿਫਿਊਜ਼ਲ ਦੇਖੀ ਨਹੀਂ ਵੇਖਣ ਨੂੰ ਬਹੁਤ ਘੱਟ ਦੇਖਣ ਨੂੰ ਮਿਲੀ ਜਨਕਿ ਬੜੀ ਵੱਡੀ ਗਿਣਤੀ ਦੇ ਵੀਜ਼ੇ ਵੰਡੇ ਗਏ ਹੁਣ ਜਦੋਂ ਸਿਸਟਮ ਇੱਕਦਮ ਡਗਮਗਾ ਗਿਆ ਜਿੱਥੇ ਬੱਚਾ ਬੁਲਾਉਣਾ ਸੀ 100 ਬੁਲਾ ਲਿਆ 500 ਤੇ ਹੁਣ ਜਦੋਂ ਬਦਹਜਮੀ ਹੋਈ ਤਾਂ ਹੁਣ ਰੋਕ ਬ੍ਰੇਕ ਲਾਉਣੀ ਤਾਂ ਜ਼ਰੂਰੀ ਸੀ ਉਸੇ ਕਾਰਨ ਕਰਕੇ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਕਦੀ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਕੈਨੇਡਾ ਦੀਆਂ ਕਦੀ ਅਸੀਂ ਮਾਕ ਮਿਲਰ ਇਮੀਗ੍ਰੇਸ਼ਨ ਮਿਨਿਸਟਰ ਦੀਆਂ ਅਲਗ-ਅਲਗ ਸਟੇਟਮੈਂਟਸ ਸੁਣਨੇ ਦੇਖ ਰਹੇ ਹਾਂ ਪਹਿਲਾਂ ਜੀਏਸੀ ਡਬਲ ਕੀਤਾ ਗਿਆ ਫਿਰ ਸਟੂਡੈਂਟ ਵੀਜ਼ੇ ਉੱਤੇ ਕੈਪਿੰਗ ਕੀਤੀ ਗਈ ਫਿਰ ਸਪਾਊਸ ਵੀਜ਼ੇ ਉੱਤੇ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਔਰ ਮੈਂ ਪਿਛਲੇ ਕਈ ਹਫ਼ਤੇ ਪਹਿਲਾਂ ਵੀਡੀਓ ਪਾਈ ਸੀ ਕਿ ਹੁਣ ਅਗਲੀ ਜਿਹੜੀ ਵਾਰੀ ਹੈ ਟੈਂਪੋਰਰੀ ਰੈਜ਼ੀਡੈਂਟ ਤੇ ਵੀਜ਼ੇ ਤੇ ਆਉਣ ਵਾਲੀਆਂ ਦੀ ਹੈ ਯਾਨੀ ਕਿ ਜਿਹੜੇ ਵਰਕ ਪਰਮਿਟ ਤੇ ਹੁੰਦੇ ਨੇ ਐਲ ਮਿਟ ਹੁੰਦੇ ਉਹਨਾਂ ਦੀ ਹੈ ਹਾਲੇ ਪਿਛਲੇ ਹਫਤੇ ਵੀਡੀਓ ਕੀਤੀ ਤਿੰਨ ਦਿਨ ਪਹਿਲਾਂ ਜਿੱਥੇ ਮੌਂਟਰੀਅਲ ਨੇ ਐਲ ਐਮ ਆਈ ਦੇ ਉੱਤੇ ਰੈਸਟ੍ਰਿਕਸ਼ਨ ਲਗਾਈ ਕਿ ਅਸੀਂ ਹੁਣ 27 ਡਾਲਰ ਉੱਤੇ ਜਿਹੜਾ ਆ ਰਿਹਾ ਹਾਈ ਵੇਜ ਵਾਲਾ ਉਹੀ ਐਲ ਐਮ ਆਈ ਪ੍ਰੋਸੈਸ ਕਰਾਂਗੇ ਲੋ ਵਾਲੀ ਨਹੀਂ ਕਰਾਂਗੇ ਸੇਮ ਤਰਜ ਉੱਤੇ ਹੁਣ ਡਸਟਨ ਟਰੂਡੋ ਉਹਨਾਂ ਨੇ ਵੀ ਬਿਆਨ ਦਿੱਤੇ ਨੇ ਕਿ ਐਲ ਐਮ ਆਈ ਦੇ ਉੱਤੇ ਰੈਸਟ੍ਰਿਕਸ਼ਨ ਗਈ ਜਾਣਗੀਆਂ ਰੋਕ ਨਹੀਂ ਲਾਈ ਜਾਏਗੀ ਮੈਂ ਫੇਰ ਰਿਪੀਟ ਕਰਦੇ ਹਾਂ ਥੇਰ ਇਜ਼ ਲੋਟ ਆਫ ਡਿਫਰੈਂਸ ਬੀਟਵੀਨ ਐਲ ਐਮ ਆਈ ਬੰਦ ਕਰ ਦੇਣਾ ਐਂਡ ਐਲ ਐਮ ਆਈ ਰੈਸਟ੍ਰਿਕਟ ਕਰ ਦੇਣਾ ਗੱਲਾਂ ਕੀ ਕਹੀਆਂ ਗਈਆਂ ਚਾਰ ਮੇਜਰ ਗੱਲਾਂ ਕਹੀ ਲੋ ਵੇਜ ਐਲਐਮਆਈਜ਼ ਪ੍ਰੋਸੈਸ ਨਹੀਂ ਹੋਣਗੀਆਂ ਮਤਲਬ ਜੇ ਫਾਈਲਾਂ ਲੱਗੀਆਂ ਤਾਂ ਰਿਫਿਊਜ਼ ਹੋਣਗੀਆਂ ਜਿਹੜੀ 16 ਡਾਲਰ 17 ਡਾਲਰ 18 ਡਾਲਰ 20 ਡਾਲਰ ਦੀਆਂ ਲੋ ਵੇਜ ਦੀਆਂ ਜਿਹੜੀਆਂ ਨੌਕ 3 ਦੀਆਂ ਜਿਹੜੀ ਜੌਬਸ ਨੇ ਉਹਦੀਆਂ ਐਲਐਮਆਈ ਪ੍ਰੋਸੈਸ ਨਹੀਂ ਹੋਣਗੀਆਂ ਜਿਹੜੇ ਵਿਦਾਊਟ ਆਇਲਸ ਐਗਰੀਕਲਚਰ ਬੇਸ ਤੇ ਚੱਲੇ ਜਾ ਜਾਂ ਹੈਲਪਰ ਦੇ ਤੌਰ ਤੇ ਚੱਲੇ ਜਾ ਉਹ ਐਲਐਮਆਈਜ਼ ਉੱਤੇ ਰੈਸਟ੍ਰਿਕਸ਼ਨ ਲੱਗੇਗੀ ਉਹ ਐਲਐਮਆਈ ਪ੍ਰੋਸੈਸ ਨਹੀਂ ਹੋਣਗੀਆਂ ਉਹਨਾਂ ਦੀ ਰਿਫਿਊਜ਼ਲ ਦੇਖਣ ਨੂੰ ਮਿਲੇਗੀ ਇਸ ਆਫਿਸ ਦੀ ਕਨਫਰਮਡ ਹੈ ਦੂਜਾ ਉਹਨੇ ਇਹ ਕਿਹਾ ਕਿ ਜਿਹੜੇ ਪ੍ਰੋਵਿੰਸਸ ਦੇ ਵਿੱਚ 6% ਤੋਂ ਜ਼ਿਆਦਾ ਅਨਐਮਪਲੋਇਮੈਂਟ ਹੈ ਉਹਨਾਂ ਏਰੀਆ ਵਿੱਚ ਅਸੀਂ ਜਿਹੜੇ ਐਲਐਮਆਈ ਹੈ ਪ੍ਰੋਸੈਸ ਨਹੀਂ ਕਰਾਂਗੇ ਆਲਮੋਸਟ অন্ਟਾਰੀਓ ਦੀ ਗੱਲ ਕਰਾਂ ਜਾਂ ਬੀਸੀ ਦੀ ਗੱਲ ਕਰਾਂ ਦਿੱਤੇ 6 ਛੱਡ ਕੇ 6.5% ਤੋਂ ਵੀ ਉੱਪਰ ਅਨਐਮਪਲੋਇਮੈਂਟ ਹੈ ਕੈਨੇਡਾ ਦੇ ਇੰਨਾ ਪ੍ਰੋਵਿੰਸ ਵਿੱਚ ਸੋ ਇੱਥੇ ਰੈਸਟ੍ਰਿਕਸ਼ਨ ਲੱਗੇਗੀ ਐਲਐਮਆਈਜ਼ ਇੰਨਾਂ ਪ੍ਰੋਵਿੰਸਸ ਦੀਆਂ ਰਿਫਿਊਜ਼ ਹੋਣਗੀਆਂ ਦੂਜਾ ਜਿਹੜਾ ਪਹਿਲਾ ੈਂਪਲੋਇਰ ਆ ਆਪਣਾ 20% ਬਾਹਰੋਂ ਬੰਦੇ ਬੁਲਾ ਸਕਦਾ ਸੀ ਫੋਰਨ ਵਰਕਰ ਬੁਲਾ ਸਕਦਾ ਸੀ ਕਿਸੇ ਕੋਲ ਅਗਰ 10 EMPLOYEES ਆ ਤਾਂ ਦੋ ਬੰਦੇ ਬਾਹਰੋਂ ਬੁਲਾ ਸਕਦਾ ਸੀ ਹੁਣ ਘਟਾ ਕੇ 20 ਤੋਂ 10% ਕੀਤਾ ਜਾਏਗਾ LMI ਦੀ ਫੀਸ ਵਧਾਈ ਜਾਏਗੀ ਸੋ ਫੀਸ ਵਧਾਉਣਾ LMI ਦੀ ਟੋਟਲ EMPLOYEES ਦਾ ਕੋਟਾ 20 ਤੋਂ ਘਟਾ ਕੇ 10% ਕਰਨਾ 6% ਅਨ EMPLOYMENT ਪ੍ਰੋਵਿੰਸ ਵਿੱਚ LMI ਪ੍ਰੋਸੈਸ ਨਾ ਕਰਨਾ ਇਹ ਰੈਸਟ੍ਰਿਕਸ਼ਨ ਦੀ ਨਿਸ਼ਾਨੀ ਹੈ ਪਰ ਜਿਵੇਂ ਮੈਂ ਸ਼ੁਰੂਆਤ ਵਿੱਚ ਦੱਸਿਆ ਕਿ ਜਦੋਂ ਤੁਸੀਂ ਜ਼ਿਆਦਾ ਖਾਣਾ ਖਾ ਲੈਂਦੇ ਹੋ ਨਾ ਤਾਂ ਅਗਲੇ ਦਿਨ ਫਿਰ ਸਵੇਰ ਨੂੰ ਖਾਣੇ ਵੱਲ ਦੇਖਣ ਨੂੰ ਮੂਹ ਨਹੀਂ ਕਰਦਾ ਮਨ ਨਹੀਂ ਕਰਦਾ ਕਿਉਂ ਕਿ ਢਿੱਡ ਭਰਿਆ ਭਰਿਆ ਲੱਗਦਾ ਤੇ ਹੁਣ ਜਦੋਂ ਪਿਛਲੇ 8-10 ਮਹੀਨਿਆਂ ਤੋਂ ਲਗਭਗ ਸਾਲ ਤੋਂ ਕੈਨੇਡਾ ਨੇ ਭਰ ਭਰ ਕੇ ਦਰਵਾਜ਼ੇ ਖੋਲ ਕੇ ਸਟੂਡੈਂਟਸ ਬੁਲਾਏ ਡਿਪੈਂਡੈਂਟਸ ਬੁਲਾਏ ਐਲਐਮਆਈ ਦਿੱਤਾ ਉੱਤੇ 100% ਵੀਜ਼ਾ ਸਕਸੈਸਡ ਸੀ ਸਾਰੇ ਜਿਹੜੇ ਫੋਰਨ ਵਰਕਰ ਬੁਲਾਏ ਟੈਂਪਰੀ ਰੈਜ਼ੀਡੈਂਟ ਬੁਲਾਏ ਹੁਣ ਕੋਟਾ ਕਿਤੇ ਨਾ ਕਿਤੇ ਆਪਣਾ ਪੂਰਾ ਵੀ ਤੇ ਕਰਨਾ ਉਤੋਂ ਸਭ ਤੋਂ ਵੱਡਾ ਇਲੈਕਸ਼ਨ ਦਾ ਸਮਾਂ ਚੱਲਿਆ ਦਸੰਬਰ ਵਿੱਚ ਆਈ ਥਿੰਕ ਅਨਾਉਂਸ ਹੋ ਜਾਣਾ ਦਸੰਬਰ ਜਾਂ ਜਨਵਰੀ ਚ ਇਲੈਕਸ਼ਨ ਹੈ ਸੋ ਕਿਤੇ ਨਾ ਕਿਤੇ ਇਹ ਪੋਲਿਟੀਕਲ ਮੁੱਦਾ ਵੀ ਹੈ ਕਿਤਨੇ ਕਿਤੇ ਇਮੀਗ੍ਰੇਸ਼ਨ ਕੈਨੇਡਾ ਦੀ ਸਭ ਤੋਂ ਵੱਡੀ ਲੋੜ ਹੈ ਸੋ ਅੱਜ ਮੈਂ ਇਸ ਵੀਡੀਓ ਚ ਇਹਨਾਂ ਦੱਸਣ ਦੀ ਕੋਸ਼ਿਸ਼ ਕਰਾਂ ਐਲ ਐਮ ਆਈ ਰੈਸਟ੍ਰਿਕਸ਼ਨ ਹੋ ਰਹੀ ਹੈ ਬੰਦ ਨਹੀਂ ਹੋ ਰਹੀ ਐਲ ਐਮ ਆਈ ਦੇ ਉੱਤੇ ਜਿੱਥੇ ਅੱਗੇ 10 ਪਿੱਛੇ 8 ਵੀਜ਼ੇ 9 ਵੀਜ਼ੇ ਹੁੰਦੇ ਸੀ ਹੁਣ 4 ਜਾਂ 5 ਰਹਿ ਜਾਣਗੇ ਲੋ ਵੇਜ ਐਲ ਐਮ ਆਈ ਪ੍ਰੋਸੈਸ ਨਹੀਂ ਹੋਏਗੀ ਡਿਫਿਊਜ਼ਨ ਆਏਗੀ ਐਂਡ ਹੁਣ ਜਿਹੜੇ ਫਾਈਲਾਂ ਬਣਾ ਕੇ ਪ੍ਰੋਫਾਈਲ ਕ੍ਰੀਏਟ ਕਰਕੇ ਚਲੇ ਜਾਂਦੇ ਸੀ ਅੱਜ ਅ ਮਨ ਲਓ ਜੀ ਮਿਸਿਸ ਆਗਾ ਦੇ ਵਿੱਚ ਜਾਂ ਬ੍ਰੈਮਟਨ ਦੇ ਵਿੱਚ ਕੋਈ ਚਾਰ ਕੁਕ ਚਾਹੀਦੇ ਤੇ ਇਥੋਂ ਕਿਸੇ ਬੰਦੇ ਨੇ ਰੈਸਟੋਰੈਂਟ ਦਾ ਐਕਸਪੀਰੀਅੰਸ ਦਿਖਾਇਆ ਫਾਈਲ ਅਪਲਾਈ ਕਰਤੀ 6 ਮਹੀਨੇ ਦਾ ਕਿਸੇ ਫਲਾਣਾ ABC ਕੁਕਿੰਗ ਸਕੂਲ ਤੋਂ ਸਰਟੀਫਿਕੇਟ ਬਣਾ ਕੇ ਲਾ ਲਿਆ ਤੇ ਵੀਜ਼ਾ ਆ ਜਾਂਦੀ ਸੀ ਹੁਣ ਉਹ ਚੀਜ਼ਾਂ ਨਹੀਂ ਹੋਣਗੀਆਂ ਵੈਰੀਫਿਕੇਸ਼ਨਸ ਹੋਣਗੀਆਂ ਤਫਤੀਸ਼ ਹੋਏਗੀ ਐਕਸਪੀਰੀਅੰਸ ਦੀ ਹੋ ਸਕਦਾ ਇੰਟਰਵਿਊਜ਼ ਵੀ ਹੋਣ ਜੇ ਤੁਹਾਡੀ ਹਾਈ ਸਕਿਲ ਹਾਈ ਜਿਹੜੀ ਪੇ ਰੋਲ ਤੇ ਹਾਈ ਪੇਜ ਉੱਤੇ ਤੁਹਾਡੀ ਐਲ ਐਮ ਆਈ ਹੈ ਉਹਦੇ ਉੱਤੇ ਵੀ ਤਫਤੀਸ਼ ਵੈਰੀਫਿਕੇਸ਼ਨ ਹੋਣਗੀਆਂ ਪ੍ਰੋਸੈਸਿੰਗ ਟਾਈਮ ਹੋਰ ਜ਼ਿਆਦਾ ਵਧੇਗਾ ਪਟ ਬੰਦ ਨਹੀਂ ਹੋਏਗਾ ਪਰ ਯਸ ਮੁਸ਼ਕਿਲ ਦੀ ਘੜੀ ਜ਼ਰੂਰ ਹੈ ਉਹ ਵਾਲੇ ਐਪਲੀਕੈਂਟ ਜਿਹੜੇ ਸੌਖੇ ਰਸਤੇ ਜਾਣਾ ਚਾਹੁੰਦੇ ਸੀ ਉਹਨਾਂ ਲਈ ਹੁਣ ਔਖਾ ਹੈ ਮੈਂ 4-5 ਮਹੀਨੇ ਪੁਰਾਣੀ ਗੱਲ ਕਰ ਰਿਹਾ 6 ਮਹੀਨੇ ਪੁਰਾਣੀ ਗੱਲ ਕਰ ਰਿਹਾ ਕਈ WhatsApp ਗਰੁੱਪਸ ਉੱਤੇ ਐਲਐਮਆਈ ਦੇ ਉੱਤੇ ਚਲੋ ਕੈਨੇਡਾ ਸਾਰੇ ਪੈਸੇ ਵੀਜ਼ਾ ਲੱਗਨ ਤੋਂ ਬਾਅਦ 30 30 40 40 ਲੱਖ ਰੁਪਏ ਦੇ ਵਿੱਚ ਪੰਜਾਬ ਦੇ ਵਿੱਚ ਏਜੰਟਾਂ ਨੇ ਐਲਐਮਆਈ ਵੇਚੀ ਅੱਜ ਉਹੀ ਖਮਿਆਜ਼ਾ ਭੁਗਤਣਗੇ ਔਰ ਸਭ ਤੋਂ ਵੱਡਾ ਖਮਿਆਜ਼ਾ ਭੁਗਤਣਗੇ ਜਿਹੜੇ ਸਟੂਡੈਂਟ ਉੱਥੇ ਬੈਠੇ ਨੇ ਅੱਜ ਐਲਐਮਆਈ ਲੈ ਕੇ ਪੀਆ ਲੈਣੀ ਓਖੀ ਹੁੰਦੀ ਨਜ਼ਰ ਆਏਗੀ ਖਰ ਰਸਤੇ ਹੋਰ ਕਈ ਨੇ ਬਟ ਐਲਐਮਆਈ ਦੀ ਜਿਹੜੀ ਨਿਊਜ਼ ਤੁਸੀਂ ਸੁਣ ਰਹੇ ਹੋ ਸੋਸ਼ਲ ਮੀਡੀਆ ਤੇ ਕੁਝ ਹੱਦ ਤੱਕ ਸੱਚੀ ਵੀ ਹੈ ਬਟ ਐਲਐਮਆਈ ਬੰਦਰੀ ਕੀਤੀ ਜਾ ਰਹੀ ਵਰਕ ਪਰਮਿਟ ਬੰਦ ਨਹੀਂ ਕੀਤਾ ਜਾ ਰਿਹਾ ਰਿਸਟ੍ਰਿਕਟਡ ਕੀਤੀ ਜਾਏ ਜੋ ਮੈਂ ਸ਼ਰਤਾਂ ਦੱਸ ਕੇ اٹਿਆ ਰਿਸਟ੍ਰਿਕਟਡ ਕੀਤੀ ਜਾ ਰਹੀ ਆਉਣ ਵਾਲੇ ਦਿਨਾਂ ਵਿੱਚ ਐਲਐਮਆਈ ਦੇ ਉੱਤੇ ਵੀ ਕੈਪਿੰਗ ਕਰ ਦਿੱਤੀ ਗਈ ਹੈ ਜਿਵੇਂ ਸਟੂਡੈਂਟ ਵੀਜ਼ੇ ਉੱਤੇ ਕੈਪਿੰਗ ਕੀਤੀ ਗਈ ਸੀ ਸੋ ਖਬਰ ਤਾਂ ਮਾੜੀ ਹੈ ਬਹੁਤੀ ਚੰਗੀ ਖਬਰ ਨਹੀਂ ਬਟ ਯੈਸ ਜਦੋਂ ਰੱਬ ਇੱਕ ਰਸਤਾ ਬੰਦ ਕਰਦਾ ਦੋ ਰਸਤੇ ਹੋਰ ਖੁੱਲਦਾ ਸਟੇ ਪੋਜ਼ਿਟਿਵ ਜਿਹੜੇ ਚੰਗੇ ਐਪਲੀਕੈਂਟ ਹੈ ਜੈਨੂਇਨ ਐਪਲੀਕੈਂਟ ਹੈ ਅੱਜ ਤੁਹਾਡੇ ਕੋਲ ਕੁਕਿੰਗ ਦਾ ਐਕਸਪੀਰੀਅੰਸ ਹੈ ਤੁਸੀਂ ਟਰੱਕ ਡਰਾਈਵਰ ਹੋ ਤੁਹਾਡੇ ਕੋਲ ਟਰੇਡ ਦਾ ਕੋਈ ਅਜ ਵੀ ਕੰਸਟਰਕਸ਼ਨ ਵਰਕਰ ਦੀ ਲੋੜ ਹੈ ਹੁਣ ਜੈਨੂਨ ਜਿਹੜੀ ਕੰਪਨੀ ਦੇ ਕੋਲ ਕੰਸਟਰਕਸ਼ਨ ਵਰਕਰ ਚਾਹੀਦੇ ਨੇ ਤੁਹਾਡੇ ਕੋਲ ਲੰਬਾਈ ਹੈ ਤੁਹਾਡੇ ਕੋਲ ਵਾਕਈ ਸਿਵਲ ਦਾ ਡਿਪਲੋਮਾ ਤੁਹਾਡੇ ਕੋਲ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ ਵੀਜ਼ਾ ਮਿਲਣਗੇ ਥੋੜੀ ਬੁਝੀ ਡਿਲੇ ਜ਼ਰੂਰ ਹੋਏਗੀ ਔਰ ਆਉਣ ਦੇ ਦਿਨਾਂ ਚ ਐਲਐਮਆਈ ਦੀ ਫੀਸਸ ਹੋਰ ਵਧਣਗੀਆਂ ਪਰ ਵੀਜ਼ੇ ਬੰਦ ਨਹੀਂ ਹੋਣੇ ਦੋਸਤੋ ਨਾਲ ਦੀ ਨਾਲ ਉਹਨੇ ਪੀਆਰ ਦਾ ਕੋਟਾ ਘਟਾਉਣ ਦੀ ਵੀ ਗੱਲ ਕਹਿ ਦਿੱਤੀ ਜਿਹਦਾ 485000 2024 ਦਾ ਸੀ 2025 ਦਾ 5 ਲੱਖ ਦਾ ਕੋਟਾ ਸੀ 26 ਦਾ ਵੀ 5 ਲੱਖ ਦਾ ਤਕਰੀਬਨ 15 ਲੱਖ ਪੀਆਰ ਐਪਲੀਕੇਸ਼ਨ ਪ੍ਰੋਸੈਸ ਕਰਨ ਦੀ ਗੱਲ ਜਿਹੜੀ ਕੀਤੀ ਜਾਂਦੀ ਸੀ ਪਿਛਲੇ ਕਈ ਮਹੀਨਿਆਂ ਤੋਂ ਉਹ ਵੀ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਆਉਂਦੇ ਦਿਨਾਂ ਵਿੱਚ ਨਜ਼ਰ ਆ ਜਾਏਗਾ ਪਤਾ ਲੱਗ ਜਾਏਗਾ ਨਿਊਜ਼ ਆ ਜਾਏਗੀ ਕਿ ਉਹ ਵੀ ਕਿੰਨਾ ਘਟਾ ਰਿਹਾ ਕੁੱਲ ਮਿਲਾ ਕੇ 5-7 ਮ ਕੈਨੇਡਾ ਸੌਖਾ ਨਹੀਂ ਰਿਹਾ ਔਰ ਇਹ ਗੱਲ ਅਜ ਤੋਂ 8 ਮਹੀਨੇ ਪਹਿਲਾਂ ਦਿਖਣੀ ਸ਼ੁਰੂ ਹੋ ਗਈ ਸੀ ਦਸੰਬਰ ਦੇ ਵਿੱਚ ਜਦੋਂ ਅਨਾਉਂਸਮੈਂਟਸ ਨਵੀਆਂ ਕੀਤੀਆਂ ਗਈਆਂ ਸੀ ਸੋ ਜਿਹੜੇ ਲੋਕ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ ਨਹੀਂ ਜਾਣਾ ਕੈਨੇਡਾ ਦਾ ਸਟੱਡੀ ਵੀਜ਼ਾ ਨਹੀਂ ਲੈਣਾ ਕੈਨੇਡਾ 'ਚ ਕੰਮ ਨਹੀਂ ਮਿਲਦਾ ਕੈਨੇਡਾ 'ਚ ਮਹਿੰਗਾਈ ਬੜੀ ਹੈ ਕੈਨੇਡਾ ਦੇ ਵਿੱਚ ਫਲਾਨ ਤੇ ਟੀਂਗ ਅੱਜ ਬਹਿਜੋ ਆਰਾਮ ਨਾਲ ਬਹਿਜੋ ਹੁਣ ਕੈਨੇਡਾ ਉਹਨਾਂ ਲੋਕਾਂ ਲਈ ਸੌਖਾ ਨਹੀਂ ਰਹੇਗਾ ਅੱਜ ਜੈਨੂਨ ਸਟੂਡੈਂਟ ਆ ਪੜ੍ਹਨਾ ਚਾਹੁੰਦਾ ਪੈਸੇ ਕੋਲ ਐ ਜੈਨੂਨ ਐਪਲੀਕੈਂਟ ਦਾ ਐਕਸਪੀਰੀਅੰਸ ਕੋਲ ਐ ਉੱਥੇ ਵਾਕਿ ਉਹਦੇ ਪ੍ਰੋਫੈਸ਼ਨ ਦੀ ਉਹਦੇ ਕੰਮ ਦੀ ਡਿਮਾਂਡ ਆ ਸਿਰਫ ਓਨ ਵਾਲੀ ਕੈਨੇਡਾ ਓਪਨ ਆ ਬਾਕੀ ਸਾਰੇ ਵਾਲੀ ਕੈਨੇਡਾ ਹੁਣ ਆਉਂਦੇ ਦਿਨਾਂ 'ਚ ਬੰਦ ਹੁੰਦਾ ਨਜ਼ਰ ਆਏਗਾ ਐਪਲੀਕੇਸ਼ਨ ਦਾ ਰਸ਼ ਆਲਰੇਡੀ ਕਟਿਆ ਜਿੱਥੇ ਐਪਲੀਕੇਸ਼ਨ 100 ਲੱਗਦੀਆਂ ਸਟੱਡੀ ਵੀਜ਼ੇ ਦੀਆਂ ਉੱਥੇ ਵੈਸੇ 50 ਰਹਿ ਗਈਆਂ ਨੇ ਆਉਂਦੇ ਦਿਨਾਂ 'ਚ ਹੋਰ ਕੱਟਣਗੀਆਂ ਬਟ ਅਗਰ ਅੱਜ ਵੀ ਤੁਸੀਂ ਬੈਚਲਰ ਡਿਗਰੀ ਕਰਨ ਜਾਣਾ ਮਾਸਟਰ ਡਿਗਰੀ ਕਰਨ ਜਾਣਾ ਬੈਸਟ ਆਪਸ਼ਨ ਆ ਤੁਸੀਂ ਅੱਜ ਪੱਕੇ ਤੌਰ ਤੇ ਕੈਨੇਡਾ ਜਾਣਾ ਹੈ ਅਲਬਰਟਾ ਦੇ ਵਿੱਚ অপਸ਼ਨ ਅਵੇਲੇਬਲ ਆ ਸਸਕਾਚੂਨ ਚ ਅਵੇਲੇਬਲ ਆ ਮੈਨੀਟੋਬਾ ਚ ਅਵੇਲੇਬਲ ਆ ਬਸ਼ਰਤੇ ਤੁਹਾਡੀ ਐਲੀਜੀਬਿਲਟੀ ਬੰਦੀ ਕਿ ਨਹੀਂ ਬੰਦੀ ਤੁਹਾਡੇ ਪੁਆਇੰਟਸ ਬੰਦੇ ਕਿ ਨਹੀਂ ਬੰਦੇ ਨਿਰਾਸ਼ ਹੋਣ ਦੀ ਲੋੜ ਨਹੀਂ 네ਗੇਟਿਵ ਹੋਣ ਦੀ ਬਿਲਕੁਲ ਲੋੜ ਨਹੀਂ ਕੈਨੇਡਾ ਚ ਬੈਠੇ ਹੋ ਪੜ੍ਹਾਈ ਪੂਰੀ ਹੋ ਚੁੱਕੀ ਹੈ ਵਰਕ ਪਰਮਿਟ ਤੇ ਉਹ ਪੀਆ ਲੈਣਾ ਚਾਹੁੰਦੇ ਹੋ ਆਰਐਸ ਗੁਬਲ ਦਾ ਦਫਤਰ ਆਰਐਸ ਗੁਬਲ ਦੀ ਟੀਮ ਅੱਜ ਵੀ ਤੁਹਾਡੀ ਮਦਦ ਕਰੇਗੀ ਭਾਵੇਂ ਜਿੰਨੀਆਂ ਮਰਜ਼ੀ ਰੈਸਟ੍ਰਿਕਸ਼ਨ ਲੱਗ ਜਾਣ ਜਿਹੜਾ ਐਪਲੀਕੈਂਟ ਜੈਨੂਨ ਆ ਜਨੇ ਪੜ੍ਹਾਈ ਕੀਤੀ ਹੈ ਪੀਆ ਦੇ ਲੀਗਲ ਰਸਤੇ ਅੱਜ ਵੀ ਸਾਡੇ ਕੋਲ ਅਵੇਲੇਬਲ ਆ ਜੇ ਤੁਹਾਡੇ ਬੱਚੇ ਉੱਥੇ ਪੜ੍ਹ ਰਹੇ ਨੇ ਜਾਂ ਪੜ੍ਹ ਚੁੱਕੇ ਨੇ ਕੋਈ ਮਾਂ ਪਿਓ ਵੀਡੀਓ ਵੇਖ ਰਿਹਾ ਕੋਈ ਦੋਸਤ ਭੈਣ ਭਰਾ ਵੀਡੀਓ ਵੇਖ ਰਿਹਾ ਪੜਾਈ ਤੋਂ ਬਾਅਦ ਵਰਕ ਪਰਮਿਟ ਤੇ ਆ ਗਏ ਉਹ 6 ਬਿੰਨੇ ਸਾਲ ਖਰਾਬ ਹੋ ਗਿਆ ਪਿੱਛੇ 2 ਸਾਲ ਦਾ ਵਰਕ ਪਰਮਿਟ ਰਹਿ ਗਿਆ ਸਮਾਂ ਖਰਾਬ ਨਾ ਕਰਿਓ ਜੇ ਸੀ ਦਾ ਰਾਈਟ ਟਾਈਮ ਅਗਰ ਤੁਸੀਂ ਸਾਡੀ ਟੀਮ ਨਾਲ ਮਿਲ ਕੇ ਰਾਈਟ ਗਾਈਡੈਂਸ ਲੈ ਕੇ ਰਾਈਟ ਪਾਥ ਤਿਆਰ ਕਰਨਾ ਚਾਹੁੰਦੇ ਹੋ ਪੀਆਰ ਦਾ ਤਾਂ ਸਲਾਮ ਮਸ਼ਵਰੀ ਮੇਰੇ ਨਾਲ ਮੇਰੇ ਕੈਨੇਡਾ ਟੀਮ ਨਾਲ ਜ਼ੂਰ ਮਿਲਿਆ ਜਾ ਸਕਦਾ ਨਵੀਂ ਅਪਡੇਸ਼ਨ ਨਾਲ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਜੁੰਦੇ ਵਾਸਤੇ ਰੋ ਰੱਬ ਰੱਖਾ ਸਤਿ ਸ਼੍ਰੀ ਅਕਾਲ